ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਜਲੰਧਰ ਪਹੁੰਚੇ। ਇੱਥੇ ਪਾਰਟੀ ਦੇ ਸਮਾਗਮ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਅਟਵਾਲ ਦੇ ਨਾਮ ਦਾ ਜਲੰਧਰ ਤੋਂ ਐਲਾਨ ਕਰ ਦਿੱਤਾ। ਇਸ ਰਾਖਵੇਂ ਹਲਕੇ ਲਈ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਸਾਬਕਾ ਵਿਧਾਨ ਸਭਾ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਹਿ ਚੁੱਕੇ ਅਟਵਾਲ ਦਾ ਨਾਮ ਅੱਗੇ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਗੀਰ ਕੌਰ ਦਾ ਨਾਮ ਵੀ ਐਲਾਨਿਆ ਸੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਜੰਮ ਕੇ ਨਿਸ਼ਾਨੇ ਸਾਧੇ ਗਏ। ਉਹਨਾਂ ਦਾ ਕਹਿਣਾ ਸੀ ਕਿ ਹੁਣ ਸਪਸ਼ਟ ਹੋ ਗਿਆ ਕਾਂਗਰਸ ਦੇ 2 ਸਾਲ ਪੂਰੇ ਹੋ ਗਏ ਨੇ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸਭ ਤੋਂ ਨਖਿੱਧ ਮੁੱਖ ਮੰਤਰੀ ਦੇਸ਼ ਦਾ ਅੱਜ ਤੱਕ ਹਿੰਦੁਸਤਾਨ ਦੇ ਆਜ਼ਾਦੀ ਦੇ ਬਾਅਦ ਮਿਲਿਆ। ਇੱਕ ਵੀ ਪ੍ਰੋਮਿਸ, ਇੱਕ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ। ਲੋਕਾਂ ਦੀ ਸੈਂਟੀਮੈਂਟਸ ਨੂੰ ਖੇਲ ਕੇ, ਧਾਰਮਿਕ ਸੈਂਟੀਮੈਂਟਸ ਨੂੰ ਲੈ ਕੇ, ਗੁਰੂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਇਹ ਮੁੱਖ ਮੰਤਰੀ ਅੱਜ ਮੁੱਖ ਮੰਤਰੀ ਬਣਿਆ। ਜਿਹੜਾ ਬੰਦਾ ਗੁਰੂ ਦਾ ਨਹੀਂ ਬਣ ਸਕਿਆ, ਉਹ ਇਨਸਾਨ ਜਨਤਾ ਦਾ ਕੀ ਬਣੂਗਾ? ਜਿਹੜਾ ਇਨਸਾਨ ਕੈਪਟਨ ਅਮਰਿੰਦਰ ਸਿੰਘ ਗੁਰੂ ਨੂੰ ਧੋਖਾ ਦੇ ਸਕਦਾ ਹੈ, ਅਤੇ ਪੰਜਾਬ ਦੀ ਜਨਤਾ ਕੀ ਚੀਜ਼ ਹੈ? ਉਹਨੇ ਕਿਹਾ ਕੁਛ ਸੀ, ਵਾਅਦੇ ਕੁਛ ਕੀਤੇ ਸੀ, ਅੱਜ ਕੀਤਾ ਕੁਛ ਹੈ? ਸਾਰਾ ਕੁਛ ਹੀ ਅੱਜ ਬੰਦ ਹੋ ਗਿਆ। ਅੱਜ ਗਰੀਬ ਜਨਤਾ ਦੁਖੀ ਹੈ, ਕਿਸਾਨ ਦੁਖੀ ਹੈ, ਐਸੀ ਭਾਈਚਾਰੇ ਜਿਹੜੇ ਬੱਚੇ ਆਪਣੇ ਤਕਰੀਬਨ 10 ਲੱਖ ਬੱਚਿਆਂ ਨੂੰ ਜਿਹੜੇ ਬਾਦਲ ਸਾਹਿਬ ਪੜ੍ਹਾਉਂਦੇ ਸੀ ਕਾਲਜਾਂ ਵਿੱਚ, ਟੈਕਨੀਕਲ ਯੂਨੀਵਰਸਿਟੀਆਂ ਵਿੱਚ, 10 ਲੱਖ ਬੱਚੇ ਵਿਚਾਰੇ ਐਸੀ ਭਾਈਚਾਰੇ ਦੇ, ਉਹ ਅੱਜ ਬਗੈਰ ਕਾਲਜ ਤੋਂ ਬੈਠੇ ਹੈ। ਕਾਰਨ ਇਕੱਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਇਹਨਾਂ ਦੀਆਂ 1200 ਕਰੋੜ ਜਿਹੜੀ ਸਬਸਿਡੀ ਆਈ ਸੀ ਉਹ ਖਾ ਗਿਆ ਕੈਪਟਨ ਅਮਰਿੰਦਰ ਸਿੰਘ। ਆਈ ਕਾਰਨ ਹੈ, ਮੈਂ ਕਹਿੰਦਾ ਬਹੁਤ ਵੱਡਾ ਪਾਪ ਕੀਤਾ ਆਪਣੇ ਨਵੀਂ ਆਪਣੀ ਜਵਾਨੀ ਦੇ ਖਿਲਾਫ। ਤੋ ਇਸ ਕਰਕੇ ਮੈਂ ਆਹੀ ਕਹਿਣਾ ਚਾਹੁੰਦਾ ਕਿ ਇਹ ਸੁੱਤੇ ਹੋਏ ਕੈਪਟਨ ਜਗਾਉਣ ਦੀ ਲੋੜ ਹੈ ਵੋਟਰਾਂ ਨੂੰ। ਦੱਸ ਦਈਏ ਲੋਕ ਸਭਾ ਚੋਣਾਂ ਦੇ ਚੱਲਦੇ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦਾ ਕੰਮ ਜ਼ੋਰਾਂ ਤੇ ਹੈ, ਨਾਲ ਹੀ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9253 9563।